ਅਸਲਾਮੁਆਲੇਕ ਜਨਾਬ ਇੱਕ ਨਵੀਂ ਵੀਡੀਓ ਲੈ ਕੇ حاضر ਹੋਇਆ ਫੀ ਜ਼ਮਾਨਾ ਮੈਂ ਦੇਖਿਆ ਕਿ ਬਹੁਤ ਸਾਰੇ ਮਰੀਜ਼ਾਂ ਜੇ ਸਿਆਣੇ ਵੀ ਆ ਜਵਾਨ ਵੀ ਆ ਬੱਚੇ ਵੂਨ ਕੱਟ ਹੁੰਦੇ ਆ ਕਿ ਮੇਰੇ ਹੱਥ ਪੈਰ ਛੜਦੇ ਆ ਫੁੱਲ ਸਰਦੀ ਹੁੰਦੀ ਆ ਬਾਕੀ ਜਿਸ ਵਿੱਚ ਰਾਈ ਚ ਲੋਕੀ ਹੱਥ ਪੈਰ ਬਾਹਰ ਕੱਢ ਕੇ ਸੌਂਦੇ ਆ ਇਹ ਬਿਮਾਰੀ ਆਮ ਹੋ ਗਈ ਆ ਦਰਸਲ ਇਹ ਬਿਮਾਰੀ ਹੁੰਦੀ ਆ ਸਿਰਫ ਫਾਸ ਫੂਡ ਇਸਮਾਲ ਕਰਦੇ ਵਜ੍ਹਾ ਨਾਲ ਅਗਰ ਅੱਲਾਹ ਦੀ ਦਿੱਤੀ ਹੋਈ ਜਿਹੜੀ ਅਸੀਂ ਖੁਰਾਕ ਖਾਵਾਂਗੇ ਨਾ ਇਨਕਾ ਸਾਦਾ ਖੁਰਾਕ ਉਦੇ ਸਾਨੂੰ ਇਹ ਹੱਥ ਪੈਰ ਜਲਣ ਨਹੀਂ ਹੋਏਗੀ ਲੇਕਿਨ ਫਾਸਟ ਫੂਡ ਤੋਂ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਤੇਜ਼ ਪਤੀ ਪੀਣ ਤੋਂ ਅਸੀਂ ਨਹੀਂ ਰੋਕ ਸਕਦੇ ਲਿਖਦਾ ਇਹਦੇ ਲਈ ਅੱਲਾਹ ਨੇ ਸਾਡੇ ਲਈ ਇੱਕ ਐਸੀ ਚੀਜ਼ ਪੈਦਾ ਕੀਤੀ ਆ ਹਰ ਜਗ੍ਹਾ ਤੇ ਮਿਲਦੀ ਆ ਜਿੱਥੋਂ ਮਰਜ਼ੀ ਲੈ ਸਕਦੇ ਆ ਹੱਥ ਪੈਰ ਨਹੀਂ ਜਲਣਗੇ ਚੰਦੇ ਨੂੰ ਤੋਂ ਬਾਅਦ ਇਹ ਹੱਥ ਜਲਣ ਦੀ ਬਿਮਾਰੀ ਇੰਨੀ ਆਮ ਹੋ ਗਈ ਹੈ ਨਾ ਕਿ ਹਰ ਸਿਆਣਾ ਬੰਦਾ ਕਦੇ ਦੇਖਿਆ ਮੈਂ ਕਦੂ ਮਲ ਰਹੇ ਪੈਰਾਂ ਤੇ ਕਦੇ ਕਦੂ ਬਾਹਰ ਲੋਕਾਂ ਦੇ ਸਿਰ ਚੋਂ ਸੇਕ ਨਿਕਲਦਾ ਉਹ ਮਹਿਸੂਸ ਹੁੰਦਾ ਹੱਥਾਂ ਨੂੰ ਸੇਕ ਨਿਕਲਦਾ ਉਹ ਮਰੀਜ਼ ਨੂੰ ਖੁਦ ਮਹਿਸੂਸ ਹੁੰਦਾ ਜੇ ਦੂਸਰੇ ਬੰਦੇ ਹੱਥ ਲਾ ਕੇ ਦੇਖੇ ਨਾ ਹੱਥ ਉਹ ਨਾਰਮਲ ਹੁੰਦੇ ਆ درجہ ਹਰਾ ਨਾਰਮਲ ਹੁੰਦਾ ਲੇਕਿਨ ਉਹ ਕਹਿ ਰਿਹਾ ਹੁੰਦਾ ਮੇਰੇ ਲੱਤਾਂ ਚੋਂ ਵੀ ਮੇਰੀ ਪਿੰਨੀਆਂ ਚੋਂ ਸੇਕ ਨਿਕਲਦਾ ਮੇਰੇ ਪੈਰਾਂ ਚੋਂ ਸੇਕ ਨਿਕਲਦਾ ਹੱਥਾਂ ਨੂੰ ਨਿਕਲਦਾ ਮੇਰੀਆਂ ਪੁੜਪੁੜੀਆਂ ਵੀ ਭਖਦੀਆਂ ਫੀਜ਼ਮਾਨ ਡਾਕਟਰ ਕੋ ਜਾਣਦੇ ਆ ਉਹ ਚੁੱਪ ਕਰਕੇ ਸੂਨਾ ਵਰ ਦਵਾਈ ਦੇ ਦਿੰਦਾ ਇੱਕ ਡਿਪਰੈਸ਼ਨ ਦੀ ਦਵਾਈ ਦੇ ਦਿੰਦਾ ਹਰ ਬੰਦੇ ਨੂੰ ਡਿਪਰੈਸ਼ਨ ਦਵਾਈ ਦੇ ਦਿੰਦਾ ਬੰਦਾ ਆਰਾਮ ਨਾਲ ਸੌ ਜਾਂਦਾ ਉਹਨੂੰ ਮਹਿਸੂਸ ਨਹੀਂ ਹੁੰਦਾ ਮੇਰੇ ਹੱਥ ਅੰਦਰ ਸੀ ਬਾਹਰ ਸੀ ਸੇਕ ਹੋਇਆ ਕਿ ਨਹੀਂ ਹੋਇਆ ਜੇ ਦਵਾਈ ਛੱਡਦਾ 8-10 ਦਿਨ ਦਵਾਈ ਖਾਣੇ ਆ ਛੱਡ ਦਿੰਦੇ ਆ ਬਿਮਾਰੀ ਉੱਥੇ ਦੇ ਉੱਥੇ ਹੁੰਦੀ ਹੈ ਅੱਲਾਹ ਨੇ ਸਾਡੇ ਤੇ ਖਾਸ ਕਰਮ ਕੀਤਾ ਜੇ ਉਹ ਅਸੀਂ ਬਿਲਕੁਲ ਅਹਮੀਅਤ ਨਹੀਂ ਦਿੰਦੇ ਅਗਰ ਮੈਂ ਦੇਖਿਆ ਵਿਆਹ ਸ਼ਾਦੀ ਦੀ ਚੀਜ਼ ਪਈ ਵੀ ਹੋਵੇ ਨਾ ਉਹਨੂੰ ਇਸਤੇਮਾਲ ਨਹੀਂ ਕਰਦਾ ਕੋਈ ਉਹ ਤਲੇ ਹੋਇਆ ਆਕੜੇ ਹੋਇਆ گوشਤ ਯਾ ਲੋਹੇ ਵਰਗਾ ਹੋ ਜਾਂਦਾ ਉਹ ਤੋੜ ਤੋੜ ਖਾਈ ਜਾਂਦੀਆਂ ਕੋਈ ਸਾਫ ਤਾਂ ਨਿਕਲੀ ਜਾਂਦੇ ਆ ਸਮਝਦੇ ਅਸੀਂ ਜਾਨ ਬਣਾ ਰਹੇ ਆ ਤੇ ਉਹ ਜਿਹੜੀ ਚੀਜ਼ ਆ ਜਿਹਨੇ ਸਾਡਾ ਮੈਦਾ ਠੀਕ ਕਰਨਾ ਸਾਡੀ ਇਸ ਗਰਮੈਸ਼ ਨੂੰ ਖਤਮ ਕਰਨਾ ਸਾਡੇ ਜਿਸਮ ਦੇ درجہ ਹਾਤ ਨੂੰ ਨਾਰਮਲ ਕਰਨਾ ਅਸੀਂ ਬਿਲਕੁਲ ਨਹੀਂ ਛੇੜਦੇ ਇਹ ਕਿਹੜੀ ਚੀਜ਼ ਆ ਤੁਹਾਡੇ ਦਿਨ ਵਿੱਚ ਕੁਝ ਆ ਗਿਆ ਹੋਣਾ ਲੇਕਿਨ ਨਹੀਂ ਆਇਆ ਤੁਹਾਨੂੰ ਮੈਂ ਦੱਸ ਦਿੰਦਾ ਇਹ ਜਨਾਬਾ ਖੀਰਾ ਸਿਰਫ ਕੱਲਾ ਖੀਰਾ ਖਾਣਾ ਸ਼ੁਰੂ ਕਰ ਦੋ ਰੋਜ਼ ਬੈਹ ਟਾਈਮ ਜਿੰਨੇ ਖੀਰੇ ਖਾ ਸਕਦੇ ਆ ਕੋਈ 2 ਖਾ ਲੇਗਾ ਕੋਈ 4 ਖਾ ਲੇਗਾ ਕੋਈ 5 ਖਾ ਲੇਗਾ ਇਹਦੇ ਕੋਲ ਜ਼ਿਆਦਾ ਵੀ ਖਾ ਸਕਦਾ ਨਾ ਇਹ ਖੀਰੇ ਖਾਣਾ ਸ਼ੁਰੂ ਕਰ ਦੋਵੇ ਚੰਦ ਦੇ ਨਾਲ ਬਾਅਦ ਉਦਾ ਬਿਲਕੁਲ ਜਿਸਮ ਜਿਹੜਾ ਨਾ ਸੇਕ ਮਹਿਸੂਸ ਹੁੰਦਾ ਜਿਸਮ ਨਾਰਮਲ ਹੋ ਜਾਏਗਾ ਉਹਦਾ ਦਿਮਾਗ ਦਾ ਬੋਝ ਬਿਲਕੁਲ ਹਲਕਾ ਹੋ ਜਾਏਗਾ ਉਹਦਾ ਸੇਕ ਨਿਕਲਣਾ ਬਿਲਕੁਲ ਖਤਮ ਹੋ ਜਾਏਗਾ ਇਨਸ਼ਾਅੱਲਾ ਉਹ ਨਾਰਮਲ ਜ਼ਿੰਦਗੀ ਸ਼ੁਰੂ ਕਰ ਲਵੇਗਾ ਇਹ ਅੱਲਾ ਦਾ ਸਾਡੇ ਦੇ ਖਾਸ ਨਾਮ ਅਖੀਰਜ ਖੀਰਜ ਪਾਣੀ ਉਹ ਹੁੰਦਾ ਜਿਹੜਾ ਇਨਥਾਈ ਮੁਸੱਫਾ ਹੁੰਦਾ ਔਰ ਵਾਫਰ ਪਾਣੀ ਹੁੰਦਾ ਯਾਨੀ ਕਿ ਇਹ ਮਿਨਰਲ ਵਾਟਰ ਹੁੰਦਾ ਅੱਲਾ ਨੇ ਜਿਹੜਾ ਸਾਡੇ ਦੇ ਖਾਸ ਨਿਯਾਤ ਕੀਤੀ ਹੈ ਨਾ ਖੀਰਜ ਪਾਣੀ ਇਨਥਾਈ ਸ਼ਿਫਾ ਪਾਣੀ ਹੁੰਦਾ ਉਹ ਸਾਡੇ ਜਿਹੜੇ ਅੰਦਰ ਨਿਜ਼ਾਮ ਹਨ ਉਹਨੂੰ ਬਿਲਕੁਲ ਨਾਰਮਲ ਕਰ ਦਿੰਦਾ ਇਹ ਸਾਨੂੰ ਜੋ ਸੇਕ ਮਹਿਸੂਸ ਹੁੰਦਾ ਨਾ ਇਹ ਠੀਕ ਹੋ ਜਾਂਦਾ ਮੈਂ ਉਮੀਦ ਕਰਦਾ ਕਿ ਜਿਹੜੀ ਜਿਸਮ ਵਿੱਚੋਂ ਸੇਕ ਨਿਕਲਦਾ ਹੱਥਾਂ ਪੈਰਾਂ ਚੋਂ ਜਾਂ ਆਪਰੇ ਦੀ ਫੁੜਫੁੜੀਆਂ ਭਖਦੀਆਂ ਬਾ ਲੋਕਾਂ ਦੇ ਕੰਨਾਂ 'ਚ ਵੀ ਸਾਂਸਾਂ ਹੁੰਦੀਆਂ ਇਹ ਇਨਥਾਈ ਸੁਪਰਲ ਆ ਜਾ ਇਹ ਜਿਸਮ ਥੋੜੇ ਹਲਕਾ ਹਵਾਬ ਦੇ ਵਿੱਚ ਜਾਂ ਕੋਈ ਅਜ਼ੀਜ਼ੋ ਕਾਰਵਾਈ ਤੁਸੀਂ ਖੁਦ ਹੈਗੇ ਇਹ ਤੁਸੀਂ ਸ਼ੁਰੂ ਕਰੋ ਇਨਸ਼ਾਅੱਲਾ ਚੰਦ ਨਵਾਸ ਸੇ ਇਹਨਾਂ ਦਾ ਬਿਲਕੁਲ ਖਤਮ ਹੋ ਜਾਏਗਾ ਕੋਈ ਗੋਲੀ ਖਾਣ ਦੀ ਲੋੜ ਨਹੀਂ ਕੋਈ ਡ੍ਰਿਪ ਲਾਉਣ ਦੀ ਲੋੜ ਨਹੀਂ ਜਿਹੜੇ ਲੋਕਾਂ ਨੂੰ ਇਹ ਬਿਮਾਰੀ ਨਹੀਂ ਹੈਗੀ ਤੰਦਰੁਸਤ ਹੈਗੇ ਆ ਉਹ ਡੇਲੀ ਖੁਰਾਕ ਖੀਰਾ ਸ਼ਾਮਿਲ ਕਰ ਲੈਣ ਆਪਣੀ ਡੇਲੀ ਦੀ ਖੁਰਾਕ ਵਿੱਚ ਖੀਰਾ ਸ਼ਾਮਿਲ ਕਰ ਲੈਣ ਇਹ ਇਨਸ਼ਾਅੱਲਾ ਉਹਨੂੰ ਇਸ ਬਿਮਾਰੀ ਨਹੀਂ ਲੱਗੇ ਨਹੀਂ ਆਏਗੀ ਕਿਉਂਕਿ ਅਸੀਂ ਅੱਲਾਹ ਦੇਤੇ ਹੋਏ ਇਹ ਚੀਜ਼ਾਂ ਅਸੀਂ ਇਸਤੇਮਾਲ ਕਰਾਂਗੇ ਸਾਡੇ ਕੋਈ ਅਸੀਂ ਬਿਮਾਰੀ ਨਹੀਂ ਆਏਗੀ ਤੇ ਸਾਨੂੰ ਬਾਅਦ ਵਿੱਚ ਡਾਕਟਰ ਕੋਲ ਨਸਣਾ ਪਵੇ ਡਾਕਟਰ ਕੋਲ ਜਾਣ ਨਾਸਿਰ ਸਾਰਾ ਟਾਈਮ ਲੱਗਿਆ ਹੁੰਦਾ ਬਲਕਿ ਸਾਡੀ ਜੇਬ ਵੀ ਖਾਲੀ ਹੁੰਦੀ ਹੈ ਮੈਂ ਉਮੀਦ ਕਰਦਾ ਕਿ ਤੁਸੀਂ ਜੇ ਤੋ ਇਹ ਵਾਅਦਾ ਕਰੋਗੇ ਤੇ ਇਹ ਫਿਲਮ ਵੀਡੀਓ ਸਦਕਾ جاری ਹੈ ਸਮਝਦੇ ਹੋਇਆ ਆਪਣੇ ਹਲਕਾ ਹਵਾ ਨੂੰ ਵੀ ਸੈਂਡ ਕਰਕੇ ਆ ਕਰੋ ਜਾਂ ਉਹਨੂੰ ਦੱਸ ਦਿੱਤਾ ਆ ਪੀ ਆਲਾ ਚੈਨਲ ਚਲਾ ਕੇ ਦੇਖ ਲੈ ਇਨਸ਼ਾਅੱਲਾ ਤੇਰੀ ਸ਼ਫਾਇਰ ਹੋਈ ਇਹਦੇ ਵਿੱਚ ਅਸੀਂ ਮਜ਼ੀਦ ਵੀਡੀਓ ਹੋਲੇ ਆਵਾਂਗੇ ਸਿਰਫ ਸਿਹਤ ਦੇ ਮਤਲਬਾਂ ਔਰ ਡਾਕਟਰ ਕੋ ਇਨਸ਼ਾਅੱਲਾ ਸਾਡੀ ਵੀਡੀਓ ਦੇਖ ਕੇ ਉਹ ਬੰਦਾ ਆਪਣਾ ਇਲਾਜ ਖੁਦ ਕਰਨ ਲੱਗਾ ਪਏਗਾ ਡਾਕਟਰ ਜਾਣ ਦੀ ਬਿਲਕੁਲ ਲੋੜ ਨਹੀਂ ਰਹੇਗੀ ਕਿਉਂ ਸਾਡਾ ਹੁਣ ਤਾਂ ਡਾਕਟਰ ਜਾਨ ਇੰਗਲਿਸ਼ ਤੋਂ ਹੀ ਸ਼ੁਰੂ ਹੋ ਗਈਆਂ ਟਿਪਾ ਲੱਗਣਾ ਪਈ ਇਸ ਤੋਂ ਪਹਿਲੇ ਲੋਕ ਜੰਗਾਂ ਲੜਦੇ ਸੀ ਕੱਟ ਲੱਗ ਜਾਂਦੇ ਸੀ ਬਾਹਾਂ ਵੱਡ ਹੋ ਜਾਂਦੀਆਂ ਸੀ ਬੜੇ ਬੜੇ ਜ਼ਖਮ ਹੋ ਜਾਂਦੇ ਸੀ ਕਿਆ ਆਬਾਦੀ ਪੂਰੀ ਨਹੀਂ ਸੀ ਕਿਆ ਆਪਣਾ ਟ੍ਰੀਟਮੈਂਟ ਨਹੀਂ ਕਰਦੇ ਸੀ ਜਿਨਾ ਉਹ ਫਤਰੀ ਤਕਾਇਦਾ ਟਰੀਟਮੈਂਟ ਕਰਦੇ ਸੀ। ਅਗਰ ਜ਼ਖਮ ਲੱਗ ਜਾਂਦਾ ਸੀ ਚੰਦ ਰਾਂ ਦੇ ਠੀਕ ਹੋ ਜਾਂਦਾ ਸੀ। ਕਿਉਂਕਿ ਉਹ ਕੋਈ ਫਾਸ ਸੂਡ ਨਹੀਂ ਸੀ ਉਹ ਦੇਸੀ ਖੁਰਾਕ ਸੀ। ਤਾਜ਼ਾ ਦੁੱਧ, ਖਜੂਰਾ, ਦੇਸੀ ਘੇ, ਤਾਜ਼ਾ ਗੋਸ਼ਟ ਕਰਕੇ ਖਾਣਾ ਆਪਣਾ ਉਹਨਾਂ ਦਾ। ਫਿਰ ਜਾਣਾ ਫਰੀਜ਼ ਹੋਇਆ ਗੋਸ਼ਟ ਨਹੀਂ ਖਾਂਦੇ ਸੀ ਉਹ। ਨਾ ਫਰੀਜ਼ ਸਬਜ਼ੀਆਂ ਖਾਂਦੇ ਸੀ। ਤਾਜ਼ਾ ਉਹਨਾਂ ਦੇ ਸਬਜ਼ੀਆਂ ਖਾਂਦੇ ਸੀ। ਮੈਂ ਉਮੀਦ ਕਰਦਾ ਕਿ ਤੁਸੀਂ ਆਪਣੀ ਸਿਹਤ ਬਹਾਲ ਰੱਖਣ ਲਈ ਦੁਬਾਰਾ ਇਹ ਨਾਲ ਇਹਨਾਂ ਚੀਜ਼ਾਂ ਵਾਂ ਲਾਜੋਗੇ। ਕਿਉਂਕਿ ਸਾਡੇ ਦੇ ਅੱਲਾ ਨੇ ਖਾਸ ਨਾਮ ਕੀਤਾ ਔਰ ਸਾਡੇ ਲਈ ਤਰਿਆਕ ਪੈਦਾ ਕੀਤੇ।